ਫ੍ਰੀ ਫ੍ਰੀ ਤੇਲ ਤੁਮੜੇ ਫ੍ਰੀ ਫ੍ਰੀ ਸਾਈ ਬਾਬਾ ਫ੍ਰੀ ਫ੍ਰੀ ਸਾਈ ਬਾਬਾ ਕਾਲੇ ਕਾਨੂੰਨ ਵਾਪਸ ਲਓ ਕਾਲੇ ਕਾਨੂੰਨ ਵਾਪਸ ਲਓ ਸਿਆਸੀ ਕੈਦੀ ਰਿਹਾ ਕਰੋ ਸਰਕਾਰੀ ਦਮਨ ਬੰਦ ਕਰੋ ਮੋਦੀ ਸਰਕਾਰ ਸ਼ਰਮ ਕਰੋ ਮੋਦੀ ਸਰਕਾਰ ਸ਼ਰਮ ਕਰੋ ਇਸ਼ਵਿੰਦਰ ਸਿੰਘ ਨੂੰ ਮੈਂ ਬੇਨਤੀ ਕਰੂੰਗਾ ਜਿਨ੍ਹਾਂ ਨੇ ਇੱਥੇ ਕਿਸਾਨਾਂ ਦੇ ਲਈ ਅਨੇਕਾਂ ਰੈਲੀਆਂ ਕਰਵਾਈਆਂ ਕਿ ਉਹ ਦੋ ਸ਼ਬਦ ਜ਼ਰੂਰ ਕਹਿਣ ਉਹਨਾਂ ਦਾ ਬਹੁਤ ਧੰਨਵਾਦ ਚੱਲ ਕੇ ਆਏ ਨੇ ਉਸ ਤੋਂ ਬਾਅਦ ਅਮਰਿਤ ਦਿਵਾਨਾ ਜੀ ਤਿਆਰ ਰਹਿਣ ਥੈਂਕ ਯੂ ਆਪਾ ਜੀ ਗੁਰਪ੍ਰੀਤ ਭਾਈ ਦਾ ਇੱਥੇ ਸਾਰਿਆਂ ਨੂੰ ਇਕੱਠੇ ਕਰਨ ਲਈ ਤੇ ਆਪਣਾ ਜਿਹੜੇ ਇੰਡੀਆ ਜੇਲ੍ਹਾਂ ਚ ਕੈਦੀ ਬੰਦ ਨੇ ਉਹਨਾਂ ਦੀ ਰਿਹਾਈ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਅਸੀਂ ਇਹੀ ਚਾਹੁੰਦੇ ਆਂ ਕਿ ਜਿੰਨੇ ਵੀ ਜਿਨ੍ਹਾਂ ਨਾਲ ਵੀ ਧੱਕਾ ਹੋਇਆ ਹੈ ਇੰਡੀਆ ਵਿੱਚ ਜਿਹੜੇ ਵੀ ਕੈਦੀ ਬੰਦ ਨੇ ਉਹਨਾਂ ਨੂੰ ਸਰਕਾਰਾਂ ਛੱਡਣ ਤੇ ਛੇਤੀ ਤੋਂ ਛੇਤੀ ਛੱਡਣ ਤੇ ਇਹ ਜਿਹੜਾ ਜਿਹੜੇ ਕਰਦੇ ਨੇ ਕਿ ਇੱਕ ਜਣੇ ਲਈ ਕਾਨੂੰਨ ਇੱਕ ਹੈ ਦੂਜੇ ਬੰਦੇ ਲਈ ਕਾਨੂੰਨ ਦੂਜਾ ਹੈ ਜਿਹੜਾ ਕਾਨੂੰਨ ਹੈ ਉਹ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਆ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਕੈਦੀ ਬੰਦ ਨੇ ਜਿਨ੍ਹਾਂ ਦਾ ਧੱਕਾ ਹੋਇਆ ਆ ਉਹਨਾਂ ਨੂੰ ਇੰਡੀਅਨ ਸਰਕਾਰ ਛੇਤੀ ਤੋਂ ਛੇਤੀ ਛੱਡੇ ਥੈਂਕ ਯੂ